ਅਦਰਵਾਈਜ਼ ਉਹਨਾਂ ਨੂੰ ਪੇਰੈਂਟਸ ਮੋਟਰਸਾਈਕਲ ਦਿੰਦੇ, ਕੋਈ ਵਹੀਕਲ ਦਿੰਦੇ ਆ, ਉਹਨਾਂ ਨੂੰ 25,000 ਰੁਪਏ ਤੱਕ ਜੁਰਮਾਨਾ ਪਲੱਸ ਉਹਨਾਂ ਨੂੰ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਇਹ 31 ਤਰੀਕ ਤੱਕ ਅਸੀਂ ਅਵੇਅਰ ਕਰ ਰਹੇ ਹਾਂ। ਇਸ ਤੋਂ ਬਾਅਦ ਜੇ ਫਿਰ ਵੀ ਕੋਈ ਬੱਚਾ ਨੂੰ ਕੋਈ ਮੋਟਰਸਾਈਕਲ ਦਿੰਦਾ ਤਾਂ ਉਸ 'ਤੇ ਜਿਹੜੀ ਹੈ ਇਹ ਕਾਰਵਾਈ ਹੋਏਗੀ। ਸੋ ਮੇਰੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਕੋਈ ਵੀ ਜਿਹੜੇ ਅੰਡਰੇਜ਼ ਆ ਉਹਨਾਂ ਨੂੰ ਨਾ ਨਿਕਲ ਦੇਣ। ਉਸ ਦਾ ਜਿਹੜਾ ਹੈ 16 ਸਾਲ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਦਾ, ਔਰ ਉਹ ਡਰਾਈਵਿੰਗ ਲਾਇਸੈਂਸ ਬਣਾ ਕੇ ਲਾਈਟ ਵਹੀਕਲ ਬੱਚਿਆਂ ਨੂੰ ਦਿਓ ਤਾਂ ਕਿ ਉਹਦੀ ਸਪੀਡ ਵੀ ਲਿਮਿਟ ਹੁੰਦੀ ਹੈ, ਹਲਕਾ ਹੁੰਦਾ, ਔਰ ਉਹ ਆਪਣੀ ਟਿਊਸ਼ਨ ਵਗੈਰਾ 'ਤੇ ਜਾ ਸਕਦਾ। ਜਿਹੜੇ ਵੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਾਇਆ ਗਿਆ ਉਹਨੂੰ ਬਖਸ਼ਿਆ ਨਹੀਂ ਜਾਊਗਾ। ਔਰ ਇਸ ਤੋਂ ਇਲਾਵਾ ਮੈਂ ਅਪੀਲ ਕਰਦਾ ਕਿ ਸਾਰੇ ਜਿਹੜੇ ਆ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਜਿਹੜੇ ਬਿਨਾਂ ਨੰਬਰ ਪਲੇਟ ਤੋਂ ਕੋਈ ਵਹੀਕਲ ਮਿਲ ਰਿਹਾ ਔਰ ਜਾਂ ਕੋਈ ਸਲੰਸਰ ਚੇਂਜ ਕੀਤੇ ਹੋਏ ਆ ਜਿਹੜੇ ਬੋਲ ਪਟਾਕੇ ਮਾਰੂ ਆ, ਉਹਨਾਂ ਨੂੰ ਬਾਉਂਡ ਕੀਤਾ ਜਾ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜਿਓ ਔਨ ਏਅਰ ਨਾਲ, ਮੈਂ ਹਾਂ ਚਰਨਜੀਤ ਜੋਸ਼ੀ। ਅਗਰ ਤੁਹਾਡੇ ਬੱਚੇ ਹੁਣ ਮੋਟਰਸਾਈਕਲ ਚਲਾਉਂਦੇ ਹਨ ਨਾਬਾਲਗ, ਜਾਂ ਤੁਸੀਂ ਉਹਨਾਂ ਨੂੰ ਮੋਟਰਸਾਈਕਲ ਦਿੰਦੇ ਹੋ ਵਹੀਕਲ, ਦੋ ਵਹੀਕਲ ਜਾਂ ਗੱਡੀ, ਤਾਂ ਹੁਣ ਤੁਹਾਨੂੰ ਵੀ ਜਾਣਾ ਪੈ ਸਕਦਾ ਜੇਲ੍ਹ, ਕਿਉਂਕਿ ਮੋਟਰ ਵਹੀਕਲ ਐਕਟ 2019 ਤਹਿਤ ਟ੍ਰੈਫਿਕ ਪੁਲਿਸ ਵੱਲੋਂ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਵੱਖ ਵੱਖ ਸਕੂਲ ਕਾਲਜਾਂ ਦੇ ਵਿੱਚ ਜਾ ਕੇ ਨਾਬਾਲਗ ਬੱਚਿਆਂ ਨੂੰ ਵਹੀਕਲ ਨਾ ਦਿਓ ਉਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ। ਸਾਡੇ ਨਾਲ ਨੇ ਪਟਿਆਲਾ ਜ਼ਿਲ੍ਹੇ ਦੇ DSP ਟ੍ਰੈਫਿਕ ਕਰਨੈਲ ਸਿੰਘ ਜੀ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਇਹ ਕਾਨੂੰਨ ਦੇ ਵਿੱਚ ਕੀ ਸੋਧ ਹੋਈ ਹੈ, ਇਹ ਕਿਵੇਂ ਦਾ ਕਾਨੂੰਨ ਹੈ ਜੀ? ਮੋਟਰ ਵਹੀਕਲ ਐਕਟ 2019 ਦੇ ਜਿਹੜਾ ਕਿ ਸੋਧ ਕੀਤੀ ਗਈ ਹੈ, ਜੋ ਕਿ ਅੰਡਰੇਜ ਬੱਚੇ ਆ, ਅਦਰਵਾਈਜ਼ ਉਹਨਾਂ ਨੂੰ ਪੇਰੈਂਟਸ ਮੋਟਰਸਾਈਕਲ ਦਿੰਦੇ, ਕੋਈ ਵਹੀਕਲ ਦਿੰਦੇ ਆ, ਉਹਨਾਂ ਨੂੰ 25,000 ਰੁਪਏ ਤੱਕ ਜੁਰਮਾਨਾ ਪਲੱਸ ਉਹਨਾਂ ਨੂੰ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਸੋ ਅਸੀਂ ਮਾਨਯੋਗ SSP ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼, ਜਿਹੜੇ ਕਿ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਕਿ ਚੌਂਕਾਂ ਦੇ ਵਿੱਚ ਔਰ ਟਰੱਕ ਯੂਨੀਅਨ, ਟੈਂਪੂ ਯੂਨੀਅਨ, ਸਕੂਲਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ, ਔਰ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਵਾਰ ਵਾਰ ਅਪੀਲ ਕਰ ਰਹੇ ਹਾਂ ਕਿ 31 ਤਰੀਕ ਤੱਕ ਅਸੀਂ ਅਵੇਅਰ ਕਰ ਰਹੇ ਹਾਂ। ਇਸ ਤੋਂ ਬਾਅਦ ਜੇ ਫਿਰ ਵੀ ਕੋਈ ਬੱਚਾ ਨੂੰ ਕੋਈ ਮੋਟਰਸਾਈਕਲ ਦਿੰਦਾ ਤਾਂ ਉਸ 'ਤੇ ਜਿਹੜੀ ਹੈ ਇਹ ਕਾਰਵਾਈ ਹੋਏਗੀ। ਸੋ ਮੇਰੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਕੋਈ ਵੀ ਜਿਹੜੇ ਅੰਡਰੇਜ਼ ਆ ਉਹਨਾਂ ਨੂੰ ਨਾ ਵਹੀਕਲ ਦੇਣ। ਔਰ ਮੈਂ ਸਮਝਦਾ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਇਹ ਸਾਡੇ ਅੱਗੇ ਮੁੱਦਾ ਰੱਖ ਦਿੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਟਿਊਸ਼ਨ ਜਾਣਾ ਹੁੰਦਾ, ਉਹ ਕਿਸ ਤਰ੍ਹਾਂ ਜਾਣ। ਉਸ ਦੇ ਲਈ ਜਿਹੜਾ ਲਾਈਟ ਵਹੀਕਲ ਆ ਉਸ ਦਾ ਜਿਹੜਾ ਹੈ 16 ਸਾਲ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਦਾ, ਔਰ ਉਹ ਡਰਾਈਵਿੰਗ ਲਾਇਸੈਂਸ ਬਣਾ ਕੇ ਲਾਈਟ ਵਹੀਕਲ ਬੱਚਿਆਂ ਨੂੰ ਦਿਓ ਤਾਂ ਕਿ ਉਹਦੀ ਸਪੀਡ ਵੀ ਲਿਮਿਟ ਹੁੰਦੀ ਹੈ, ਹਲਕਾ ਹੁੰਦਾ, ਔਰ ਉਹ ਆਪਣੀ ਟਿਊਸ਼ਨ ਵਗੈਰਾ 'ਤੇ ਜਾ ਸਕਦਾ। ਸੋ ਜਿਹੜੇ ਵੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਾਇਆ ਗਿਆ ਉਹਨੂੰ ਬਖਸ਼ਿਆ ਨਹੀਂ ਜਾਊਗਾ। ਔਰ ਇਸ ਤੋਂ ਇਲਾਵਾ ਮੈਂ ਅਪੀਲ ਕਰਦਾ ਕਿ ਸਾਰੇ ਜਿਹੜੇ ਆ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਤੁਸੀਂ ਰੋਜ਼ਾਨਾ ਦੇਖ ਰਹੇ ਹੋ ਕਿ ਸਾਡੇ ਵੱਡੇ ਪੱਧਰ 'ਤੇ ਜਿਹੜੇ ਆ ਉਹ ਨਾਕਾਬੰਦੀ ਕਰਕੇ ਜਿਹੜੇ ਬਿਨਾਂ ਨੰਬਰ ਪਲੇਟ ਤੋਂ ਕੋਈ ਵਹੀਕਲ ਮਿਲ ਰਿਹਾ ਔਰ ਜਾਂ ਕੋਈ
ਸਪਾਂਸਰ ਚੇਂਜ ਕੀਤੇ ਹੋਏ ਆ, ਜਿਹੜੇ ਬੁਲਟ ਪਟਾਕੇ ਮਾਰੂ ਆ ਉਹਨਾਂ ਨੂੰ ਬਾਉਂਡ ਕੀਤਾ ਜਾ ਰਿਹਾ। ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਆ ਵੱਖ ਵੱਖ ਜਗ੍ਹਾ 'ਤੇ ਨਾਕੇ ਲਗਾ ਕੇ ਜੋ ਡਰਿੰਕ ਕਰਕੇ ਡਰਾਈਵਿੰਗ ਕਰਦੇ ਆ ਉਹਨਾਂ ਲਈ ਵੀ ਮੈਂ ਅਪੀਲ ਕਰਦਾ ਕਿ ਉਹਨਾਂ ਨੂੰ ਵੀ ਜੇਲ੍ਹ ਅਤੇ ਜੁਰਮਾਨਾ ਹੋ ਸਕਦਾ, ਸੋ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਜਿਹੜੇ ਰੋਡ ਐਕਸੀਡੈਂਟ ਹੋ ਰਹੇ ਆ ਉਹਨਾਂ ਤੋਂ ਅਸੀਂ ਬਚ। ਸਰ ਤੁਸੀਂ ਜ਼ਿਲ੍ਹੇ ਦੇ ਇੰਚਾਰਜ, ਮਤਲਬ ਜਿਹੜੀ ਸੜਕ ਸੁਰੱਖਿਆ ਜਿਹੜੀ ਫੋਰਸ ਬਣਾਈ ਆ ਉਸਦੀ ਵੀ ਸਰ ਕਿਵੇਂ ਦੀ ਚੱਲ ਰਹੀ ਹੈ? ਕਿਉਂਕਿ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਕਦਮ ਕੋਈ ਹਾਦਸਾ ਵਾਪਰ ਜਾਂਦਾ ਹੈ। ਅਸੀਂ ਵੀ ਦੇਖਦੇ ਹਾਂ ਸਰਹੰਦ ਰੋਡ ਜਾਂ ਦੇਵੀਗੜ੍ਹ ਰੋਡ ਜਾਂ ਬਠਿੰਡਾ ਰੋਡ ਵਾਲੇ ਪਾਸੇ ਤੁਹਾਡੀ ਗੱਡੀਆਂ ਖੜੀਆਂ ਹੁੰਦੀਆਂ ਰੋਜ਼ਾਨਾ। ਸਰ ਕਿੰਨੇ ਕੁ ਆਪਾਂ ਤੁਹਾਨੂੰ ਲੱਗਦਾ ਕਿੰਨੇ ਕੁ ਬੰਦੇ ਦੀ ਆਪਾਂ ਜਾਨ ਬਚਾਉਣੀ? ਦੇਖੋ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਉਸ ਨੂੰ ਮੈਂ ਸਮੇਂ ਸਮੇਂ ਸਿਰ ਜਿਹੜਾ ਉਹਨਾਂ ਨੂੰ ਬਰੀਫ ਕਰਦੇ ਰਹੀਦਾ ਕਿ ਆਪਾਂ ਜਿਹੜੇ ਕਿ ਰੋਡ ਐਕਸੀਡੈਂਟ ਦੇ ਦੌਰਾਨ ਜੇ ਐਕਸੀਡੈਂਟ ਹੋ ਜਾਂਦਾ ਤਾਂ ਉਹਨੂੰ ਤੁਰੰਤ ਜਿਹੜਾ ਹੈਗਾ ਉਹ ਹੋਸਪਿਟਲ ਪਹੁੰਚਾਉਂਦੇ ਆ। ਔਰ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਆ ਕਿ ਜਦੋਂ ਕਿ ਰੋਡ ਐਕਸੀਡੈਂਟ ਦੇ ਦੌਰਾਨ ਜਿਹੜੇ ਸੱਟਾਂ ਲੱਗੀਆਂ ਫੱਟ ਕੋਈ ਵਿਅਕਤੀ ਆ ਕਿ ਉਹਨੂੰ ਕਿਸ ਤਰ੍ਹਾਂ ਆਪਾਂ ਚੱਕ ਕੇ ਜਿਹੜਾ ਉਹਨੂੰ ਹੋਸਪਿਟਲ ਲੈ ਕੇ ਜਾਣਾ। ਔਰ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਦੱਸਿਆ ਜਾਂਦਾ ਕਿ ਤੁਸੀਂ ਰਾਊਂਡ ਰੱਖਣਾ ਕਿ ਮੰਨ ਲਓ ਰਾਤ ਨੂੰ ਕੋਈ ਡੰਗਰ ਵਗੈਰਾ ਰੋਡ ਦੇ ਉੱਤੇ ਖੜ ਜਾਂਦੇ ਉਹਨਾਂ ਨੂੰ ਵੀ ਉਹ ਹਟਾਉਂਦੇ ਆ ਤਾਂ ਕਿ ਹਾਦਸੇ ਹੋਣ ਤੋਂ ਬਹੁਤ ਸਾਰੇ ਪਹਿਲਾਂ ਹੀ ਟਲ ਜਾਂਦੇ ਆ। ਸੋ ਸਾਡੀ ਜਿਹੜੀ SSF ਹੈ ਬਹੁਤ ਹੀ ਵਧੀਆ ਜਿਹੜੀ ਆ ਉਹ ਸਲਾਂਘਾ ਜੋ ਕੰਮ ਕਰ। ਸੋ ਬਿਲਕੁਲ ਸਰ ਨੇ ਦੱਸਿਆ ਕਿ ਜਿਹੜੇ ਨਵੇਂ ਵਹੀਕਲ ਐਕਟ ਕਾਨੂੰਨ ਦੀ ਸੋਧ ਹੋਈ ਆ ਉਸ ਸੰਬੰਧੀ ਅਸੀਂ ਜਾਗਰੂਕ ਕਰ ਰਹੇ ਹਾਂ। ਔਰ ਮਾਪਿਆਂ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਨੂੰ, ਅਗਰ ਜਿਵੇਂ ਸਰ ਨੇ ਦੱਸਿਆ ਕਿ ਕਈ ਪੇਰੈਂਟਸ ਵੀ ਕਹਿੰਦੇ ਨੇ ਕਿ ਸਾਡੇ ਬੱਚੇ ਨੇ ਕੋਈ ਟਿਊਸ਼ਨ ਜਾਣਾ ਹੁੰਦਾ ਤਾਂ ਉਹਦਾ ਲਰਨਿੰਗ ਲਾਇਸੈਂਸ ਵੀ ਬਣਦਾ ਹੈ, ਤੁਸੀਂ ਆਪਣੇ ਬੱਚੇ ਦਾ ਲਰਨਿੰਗ ਲਾਇਸੈਂਸ ਬਣਾਓ। ਪਰ ਟ੍ਰੈਫਿਕ ਪੁਲਿਸ ਪਟਿਆਲਾ ਵੱਲੋਂ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਤਾਂ ਹਜੇ ਇਹਨਾਂ ਨੂੰ ਬੱਚਿਆਂ ਨੂੰ ਜਿਹੜਾ ਕਿ ਕਾਲਜਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ, ਪਰ ਉਸ ਤੋਂ ਬਾਅਦ ਬਹੁਤ ਸਖ਼ਤ ਕਾਰਵਾਈ ਹੋਏਗੀ। ਫਿਰ ਕਿਸੇ ਦਾ ਕੋਈ ਸਿਫਾਰਿਸ਼ ਨਹੀਂ ਕਰਨੀ, ਕਿਸੇ ਦਾ ਕੋਈ ਵੀ ਇੱਕ ਕਹਾਸੁਣੀ ਨਹੀਂ ਹੋਣੀ, ਸਿਰਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟ੍ਰੈਫਿਕ ਪੁਲਿਸ ਦਾ ਬਹੁਤ ਵਧੀਆ ਉਪਰਾਲਾ ਹੈ। ਤੌਰ ਕਰਨ ਸਕੀ ਜਿਹੜੀ ਸੜਕ ਸੁਰੱਖਿਆ ਪ੍ਰਵੋਸ ਹੈ ਉਸਦੇ ਵੀ ਸਾਨੂੰ ਰੋਜ਼ਾਨਾ ਅਸੀਂ ਬੜੀਆਂ ਕੀਮਤੀਆਂ ਜਾਨਾਂ ਬਚਾਉਂਦੇ ਹਾਂ, ਔਰ ਜਿਹੜੀ ਕਿ ਪਲ ਪਲ ਤੇ ਹਾਈਵੇ ਤੇ ਤੈਨਾਤ ਰਹਿੰਦੇ ਹਨ। ਪਟਿਆਲਾ ਤੋਂ ਆਉਣ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ।